ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਪਿਆਰੋ, ਜਿਵੇਂ ਕਿ ਅਸੀਂ ਦਸ਼ਮੇਸ਼ ਮਾਰਗ ਦੇ ਸਬਜ ਮੰਦਰ, ਜਿੱਥੇ ਜਿੱਥੇ ਦਸਮ ਪਾਤਸ਼ਾਹ ਨੇ ਆਪਣੇ ਚਰਨ ਪਾਏ, ਅਸੀਂ ਉੱਥੇ ਜਾ ਰਹੇ ਹਾਂ। ਉਸੇ ਕੜੀ ਤਹਿਤ ਜਿਹੜਾ ਗੁਰਦੁਆਰਾ ਮਿੱਠਾਸਰ ਸਾਹਿਬ ਪਹੁੰਚੇ ਹੋਏ ਹਾਂ, ਔਰ ਮੰਨਿਆ ਜਾਂਦਾ ਹੈ ਕਿ ਇਹ ਜਿਹੜਾ ਸਥਾਨ ਹੈ, ਕਿਸੇ ਸਮੇਂ ਬਹੁਤ ਹੀ ਭਰਵਾਂ ਜੰਗਲ ਹੁੰਦਾ ਸੀਗਾ। ਦੋਸਤੋ, ਇਸ ਜਿਹੜਾ ਸਥਾਨ, ਜਿਹੜਾ ਗੁਰਦੁਆਰਾ ਮਿੱਠਾਸਰ ਸਾਹਿਬ, ਇਹਨੂੰ ਸ਼ੇਰਗਾਹ ਵੀ ਕਿਹਾ ਜਾਂਦਾ। ਦਰਅਸਲ ਇਸ ਸਥਾਨ ਨੂੰ ਤਿੰਨ ਪਾਤਸ਼ਾਹੀਆਂ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਆ। ਮੰਨਿਆ ਜਾਂਦਾ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਸੰਗਤਾਂ ਸ਼੍ਰੀ ਕਰਤਾਰਪੁਰ ਸਾਹਿਬ ਜਾਂਦਿਆਂ, ਜਿਹੜੀ ਸੰਗਤਾਂ ਦੀ ਪੁਕਾਰ ਸੁਣ ਕੇ ਇੱਥੇ ਰੁਕਦੇ ਸਨ ਜਾਂ ਰੁਕੇ ਸੀ, ਵੀ ਲੋਕ ਮੰਨਿਆ ਜਾਂਦਾ ਕਿ ਉਸ ਸਮੇਂ ਇੱਥੇ ਇੱਕ ਸ਼ੇਰ ਸੀ ਜਿਸ ਤੋਂ ਲੋਕ ਬਹੁਤ ਪਰੇਸ਼ਾਨ ਰਹਿੰਦੇ ਸੀ, ਤਾਂ ਇੱਥੇ ਗੁਰੂ ਸਾਹਿਬ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੀਗਾ, ਔਰ ਦੁਪਹਿਰ ਦਾ ਜਿਹੜਾ ਲੰਗਰ ਆ ਉਹ ਇੱਥੇ ਛਕਿਆ ਜਾਂਦਾ ਸੀਗਾ। ਔਰ ਇੱਦਾਂ ਹੀ ਜਿਹੜੇ ਗੁਰੂ ਸਾਹਿਬ ਨੇ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਧਰਤੀ ਵਿੱਚ ਵਰਸ਼ਾ ਮਾਰਿਆ ਸੀਗਾ, ਅਤੇ ਜਿੱਥੋਂ ਮਿੱਠਾ ਅਤੇ ਠੰਡਾ ਜਲ ਪ੍ਰਗਟ ਹੋਇਆ ਸੀ। ਔਰ ਇਸੇ ਕਰਕੇ ਹੀ ਇਸ ਜਿਹੜਾ ਸਥਾਨ ਦਾ ਨਾਮ ਮਿੱਠਾਸਰ ਅਤੇ ਸ਼ੇਰਗਾਹ ਰੱਖਿਆ। ਦੋਸਤੋ, ਜਿਵੇਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਇਸ ਸਥਾਨ 'ਤੇ ਜਿੱਥੇ ਗੁਰਦੁਆਰਾ ਮਿੱਠਾਸਰ ਸਾਹਿਬ ਬਣਿਆ ਹੈ, ਕਿਸੇ ਸਮੇਂ ਬਹੁਤ ਸੰਘਣਾ ਜੰਗਲ ਸੀ, ਪਰ ਅੱਜ ਜਦੋਂ ਆਪਾਂ ਇਹਦੀ ਮੌਜੂਦਾ ਸਥਿਤੀ ਦੇਖਦੇ ਹਾਂ ਕਿ ਆਸੇ ਪਾਸੇ ਇਹ ਜਿਹੜੀਆਂ ਪਹਾੜੀਆਂ ਨੇ, ਪਹਾੜੀਆਂ 'ਤੇ ਜੰਗਲ ਮੌਜੂਦ ਹੈਗਾ, ਕੋਈ ਦੋ ਰਾਇ ਨਹੀਂ, ਪਰੰਤੂ ਇੱਥੇ ਜਿਹੜੇ ਸਥਾਨ ਦੇ ਨੇੜੇ ਤੇੜੇ ਜਿਹੜੀ ਖੇਤੀ ਕੀਤੀ ਜਾ ਰਹੀ ਹੈ, ਔਰ ਅਮਰੂਦਾਂ ਦਾ ਬਾਗ ਲੱਗਿਆ ਹੋਇਆ, ਪਾਪੂਲਰ ਦੇ ਦਰੱਖਤ ਬਹੁਤ ਲੱਗੇ ਹੋਏ ਨੇ, ਅੰਬਾਂ ਨੂੰ ਅੰਬੀਆਂ ਪਈਆਂ ਹੋਈਆਂ, ਜਾਮਣਾਂ ਦੇ ਦਰੱਖਤ ਬਹੁਤ ਆ, ਕਾਮਣੀ ਲੱਗੀ ਹੋਈ ਆ, ਚਕਰਸੀਆ ਲੱਗਿਆ ਹੋਇਆ, ਨਿੰਮਾਂ ਨੇ, ਬਕੈਣਾ ਨੇ, ਡੇਕਾਂ ਨੇ, ਅਤੇ ਟਾਵੇਂ ਟਾਵੇਂ ਹੋਰ ਵੀ ਕਈ ਵਿਰਾਸਤੀ ਰੁੱਖ ਨਜ਼ਰ ਆਉਂਦੇ ਆ। ਅਤੇ ਬਾਕੀ ਕੁੱਲ ਮਿਲਾ ਕੇ ਜਿਹੜਾ ਸੰਘਣਾ ਜੰਗਲ ਆ, ਜਿਹੜਾ ਬੇਹੱਦ ਸੰਘਣਾ ਜੰਗਲ ਆ, ਉਹ ਹੁਣ ਖਤਮ ਹੋ ਚੁੱਕਿਆ।